ਪੰਜਾਬ ਨੰਬਰ 1 ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੰਮ੍ਰਿਤਪਾਲ ਸਿੰਘ ਹੋਣਗੇ ਸੁਖਬੀਰ ਬਾਦਲ ਦੀ ਜਗ੍ਹਾ ਨਵੇਂ ਪ੍ਰਧਾਨ, ਅਕਾਲੀ ਦਲ ਦੇ ਨਵੀਂ ਪਾਰਟੀ ਜਿਹੜੀ ਹੈ ਉਹ ਸਾਰੀ ਜਾਵੇਗੀ ਅਕਾਲੀ ਦਲ ਦੇ ਨਾਮ ਤੇ, ਤੇ ਵੱਡੇ ਇਕੱਠ ਦੇ ਵਿੱਚ ਐਲਾਨ ਹੋਇਆ। ਇਸ ਦੀ ਸੱਚਾਈ ਜਿਹੜੀ ਹੈ ਤੁਹਾਡੇ ਸਾਹਮਣੇ ਜ਼ਰੂਰ ਰੱਖਣੀ ਚਾਹਾਂਗੇ। ਸੱਚਾਈ ਅਸਲ ਦੇ ਵਿੱਚ ਕੀ ਹੈ ਕਿ ਵਾਕਈ ਅੰਮ੍ਰਿਤਪਾਲ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣਨ ਜਾ ਰਹੇ ਨੇ ਕਿ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਆਜ਼ਾਦ ਚੋਣ ਜਿੱਤੇ ਨੇ, ਪਰ ਕੀ ਹੁਣ ਅਕਾਲੀ ਦਲ ਦੇ ਨਾਲ ਉਹਨਾਂ ਨੇ ਰਲੇਵਾਂ ਕਰ ਲਿਆ? ਬਹੁਤ ਸਾਰੇ ਸਵਾਲ ਜਿਹੜੇ ਨੇ ਖੜ੍ਹੇ ਹੋ ਰਹੇ ਨੇ, ਪਰ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਹੈ ਤੁਹਾਨੂੰ ਜ਼ਰੂਰ ਦੇਵਾਂਗੇ। ਗੱਲਬਾਤ ਜਿਹੜੀ ਹੈ ਸਾਂਝੀ ਕਰਾਂਗੇ। ਲਗਾਤਾਰ ਅੰਮ੍ਰਿਤਪਾਲ ਸਿੰਘ ਹੋਰੀ ਜਿਹੜੇ ਨੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਭਾਈ ਅੰਮ੍ਰਿਤਪਾਲ ਸਿੰਘ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਚੱਲ ਰਹੇ ਨੇ ਜਦੋਂ ਤੋਂ ਅਕਾਲੀ ਦਲ ਦੇ ਨਾਲ ਗੱਲਬਾਤ ਜਿਹੜੀ ਹੈ ਸਾਹਮਣੇ ਸਾਫ਼ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਜਦ ਤੋਂ ਸਰਬਜੀਤ ਸਿੰਘ ਖਾਲਸਾ ਅਤੇ ਐਮ ਪੀ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਐਲਾਨ ਕੀਤਾ ਹੈ ਕਿ ਉਹ ਸਾਂਝੇ ਤੌਰ 'ਤੇ ਅਕਾਲੀ ਦਲ ਦੀ ਜਿਹੜੀ ਪਾਰਟੀ ਹੈ ਉਹਦੇ ਨਾਲ ਮਿਲਦਾ ਜੁਲਦਾ ਜਿਹੜਾ ਨਾਮ ਹੈ ਉਹ ਆਪਣੇ ਨਾਮ 'ਤੇ ਰੱਖ ਕੇ ਇੱਕ ਪਾਰਟੀ ਤਿਆਰ ਕਰਨਗੇ। ਜਦ ਤੋਂ ਸਰਬਜੀਤ ਸਿੰਘ ਖਾਲਸਾ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਉਸ ਤੋਂ ਬਾਅਦ ਲਗਾਤਾਰ ਚਰਚਾਵਾਂ ਜਿਹੜੀਆਂ ਨੇ ਛਿੜ ਚੁੱਕੀਆਂ ਨੇ। ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋਣਗੇ। ਕੁਝ ਲੋਕਾਂ ਨੇ ਇਹ ਚਰਚਾਵਾਂ ਸ਼ੁਰੂ ਕਰ ਦਿੱਤੀਆਂ ਨੇ, ਪਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੋਈ ਵੀ ਜਿਹੜੀ ਅਜਿਹੀ ਗੱਲਬਾਤ ਨਹੀਂ ਹੈ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ। ਹਾਂ, ਜਿਹੜੀ ਭੱਜ ਦੌੜ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਚੱਲ ਰਹੀ ਹੈ, ਪਰ ਆਖਿਰਕਾਰ ਅੰਮ੍ਰਿਤਪਾਲ ਸਿੰਘ ਅਕਾਲੀ ਦਲ ਦੇ ਪ੍ਰਧਾਨ ਨਹੀਂ ਹੋਣਗੇ ਅਤੇ ਨਾ ਹੀ ਉਹਨਾਂ ਨੇ ਅਕਾਲੀ ਦਲ ਦੇ ਨਾਲ ਕੋਈ ਰਲੇਵਾਂ ਕੀਤਾ। ਅਕਾਲੀ ਦਲ ਜਿਹੜਾ ਹੈ ਉਹ ਆਪਣੇ ਪੱਧਰ 'ਤੇ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਆਜ਼ਾਦ ਨੇ ਅਤੇ ਉਹ ਆਜ਼ਾਦ ਹੀ ਰਹਿਣਗੇ। ਇਹ ਗੱਲ ਬਿਲਕੁਲ ਜਿਹੜੀ ਹੈ ਸਾਫ਼ ਹੋ ਚੁੱਕੀ ਹੈ। ਇਸ ਵਕਤ ਜੇ ਗੱਲ ਕਰੀਏ ਤਾਂ ਨਾਲ ਹੀ ਇਹ ਚੀਜ਼ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਸਰਬਜੀਤ ਸਿੰਘ ਖਾਲਸਾ ਔਰ ਐਮ ਪੀ ਅੰਮ੍ਰਿਤਪਾਲ ਸਿੰਘ ਮਿਲ ਕੇ ਇੱਕ ਪਾਰਟੀ ਜ਼ਰੂਰ ਬਣਾਉਣਗੇ ਅਤੇ ਉਹ ਪਾਰਟੀ ਦਾ ਨਾਮ ਜਿਹੜਾ ਹੈ ਅੰਮ੍ਰਿਤਪਾਲ ਸਿੰਘ ਰੱਖਣਗੇ। ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ 2027 ਦੇ ਵਿੱਚ ਇਹ ਪਾਰਟੀ ਵੱਡੇ ਫਰਕ ਦੇ ਨਾਲ ਜਿੱਤੇਗੀ। ਵਿਧਾਨ ਸਭਾ ਦੀਆਂ ਚੋਣਾਂ ਦਾ ਜਿਹੜਾ ਨਿਸ਼ਾਨਾ ਹੈ ਉਹ ਰੱਖਿਆ ਗਿਆ ਹੈ। ਹਾਲਾਂਕਿ ਅੰਮ੍ਰਿਤਪਾਲ ਸਿੰਘ ਸੀ ਐੱਮ ਦਾ ਚਿਹਰਾ ਹੋ ਸਕਦੇ ਨੇ ਅਤੇ ਲਗਾਤਾਰ ਲੋਕ ਬਿਲਕੁਲ ਜੇ ਗੱਲ ਕਰੀਏ ਤਾਂ ਹਰ ਪਾਸੇ ਚਰਚਾ ਜਿਹੜੀ ਹੈ ਇਸ ਗੱਲ ਦੀ ਛਿੜੀ ਹੋਈ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੋਵੇਂ ਆਜ਼ਾਦ ਜਿੱਤੇ ਨੇ ਅਤੇ ਲੋਕਾਂ ਨੂੰ ਕਾਫੀ ਉਮੀਦਾਂ ਨੇ ਅਤੇ ਹੁਣ ਲੋਕ ਸ਼ਾਇਦ 2027 ਦੇ ਵਿੱਚ ਇਹਨਾਂ ਦੋਵਾਂ ਦਾ ਸਾਥ ਦੇਣ ਦੇ ਲਈ ਤਿਆਰ ਨੇ। ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹ ਜਿਹੜੀ ਪਾਰਟੀ ਬਣੇਗੀ ਉਸਦੇ ਵਿੱਚ ਮੁੱਖ ਭੂਮਿਕਾ ਨਿਭਾਉਣਗੇ ਅਤੇ ਬਾਕੀ ਲੋਕਾਂ ਨੂੰ ਵੀ ਅਹਿਮ ਥਾਵਾਂ ਜਿਹੜੀਆਂ ਨੇ ਦਿੱਤੀਆਂ ਜਾਣਗੀਆਂ। ਪਰ ਕੁਝ ਲੋਕ ਜਿਹੜੇ ਨੇ ਅਫਵਾਹਾਂ ਉਡਾ ਰਹੇ ਨੇ ਕਿ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਅੰਮ੍ਰਿਤਪਾਲ ਸਿੰਘ, ਪਰ ਅਜਿਹਾ ਕੁਝ ਵੀ ਨਹੀਂ ਹੈ। ਅਕਾਲੀ ਦਲ ਆਪਣੇ ਪ੍ਰਧਾਨ ਲਈ ਜਿਹੜਾ ਹੈ ਜੱਦੋ ਜਹਿਦ ਹੋ ਰਿਹਾ ਹੈ ਅਤੇ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ 'ਤੇ ਬਣੇ ਰਹਿਣਗੇ ਜਾਂ ਫਿਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹੋਰ ਬਣੇਗਾ ਇਸ ਦੇ ਬਾਰੇ ਕੁਝ ਵੀ ਕਹਿਣਾ ਠੀਕ ਨਹੀਂ ਹੋਵੇਗਾ। ਸੋ ਲਗਾਤਾਰ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਜਿਹੜੀਆਂ ਨੇ ਬਿਲਕੁਲ ਤੇਜ਼ ਨੇ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ
ਕਦੇ ਵੀ ਲਾਂਭੇ ਨਹੀਂ ਹੋਣਗੇ। ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਉਹ ਬਣੇ ਰਹਿਣਗੇ। ਉੱਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰਨਾਂ ਖਾਸ ਖਬਰਾਂ ਦੀ। ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ। ਹਰਿਆਣਾ ਦੇ ਗੈਂਗਸਟਰ ਕਾਲਾ ਖੈਰਮਪੁਰੀਆ ਦੇ ਸਾਥੀ ਰੋਹਿਤ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਗਿਆ। ਰੋਹਿਤ ਨੂੰ ਥਾਈਲੈਂਡ ਤੋਂ ਬੈਂਗਲੁਰੂ ਹਵਾਈ ਅੱਡੇ 'ਤੇ ਲਿਆਂਦਾ ਗਿਆ ਸੀ। ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਸਨੂੰ ਹਰਿਆਣਾ ਐਸਟੀਐਫ ਸਪੈਸ਼ਲ ਟਾਸਕ ਫੋਰਸ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਹੈ। ਐਸਟੀਐਫ ਦੇ ਜਿਹੜਾ ਹੈ ਉਸਨੂੰ ਹਵਾਲੇ ਕੀਤਾ ਗਿਆ। ਰੋਹਿਤ ਨੇ 24 ਜੂਨ ਨੂੰ ਹਰਿਆਣਾ ਦੇ ਹਿਸਾਰ ਦੇ ਵਿੱਚ ਮਹਿੰਦਰਾ ਸ਼ੋਰੂਮ ਦੇ ਬਾਹਰ ਗੋਲੀਬਾਰੀ ਕਰਨ ਲਈ ਬਦਮਾਸ਼ਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਰੋਹਿਤ ਹਿਸਾਰ ਦੇ ਬਾਲਮਸੰਦ ਪਿੰਡ ਦਾ ਰਹਿਣ ਵਾਲਾ ਹੈ। ਰੋਹਿਤ 24 ਜੂਨ ਦੀ ਘਟਨਾ ਤੋਂ ਬਾਅਦ ਥਾਈਲੈਂਡ ਭੱਜ ਗਿਆ ਸੀ। ਐਸਟੀਐਫ ਗੁਰੂਗ੍ਰਾਮ ਦੇ ਡੀਐਸਪੀ ਪ੍ਰਿਤਪਾਲ ਨੇ ਦੱਸਿਆ ਹੈ ਕਿ 24 ਜੂਨ ਨੂੰ 3 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹਿਸਾਰ ਦੇ ਵਿੱਚ ਮਹਿੰਦਰਾ ਸ਼ੋਰੂਮ ਦੇ ਵਿੱਚ ਅੰਨੇਵਾਹ ਗੋਲੀਬਾਰੀ ਕੀਤੀ ਸੀ ਅਤੇ ਵਿਦੇਸ਼ ਦੇ ਵਿੱਚ ਰਹਿੰਦੇ ਕਾਲਾ ਖੈਰਮਪੁਰੀਆ ਅਤੇ ਹਿਮਾਂਸ਼ੂ ਭਾਊ ਨਾਂ 'ਤੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪੈਸੇ ਨਾ ਦੇਣ 'ਤੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਸੀ। ਇਸ ਸੰਬੰਧੀ ਥਾਣਾ ਸਿਟੀ ਹਿਸਾਰ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਹਿਸਾਰ ਪੁਲਿਸ ਅਤੇ ਹਰਿਆਣਾ ਐਸਟੀਐਫ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਿਸਾਰ ਐਸਟੀਐਫ ਰੋਹਿਤ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ। ਰੋਹਿਤ ਅਤੇ ਕਾਲਾ ਖੈਰਮਪੁਰੀਆ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ। ਇਹ ਪਤਾ ਲਗਾਇਆ ਜਾਵੇਗਾ ਕਿ ਉਸਨੇ ਇਹ ਹਥਿਆਰ ਕਿੱਥੋਂ ਅਤੇ ਕਦੋਂ ਅਪਰਾਧੀਆਂ ਨੂੰ ਮੁਹੱਈਆ ਕਰਵਾਏ ਸਨ। ਹਰਿਆਣਾ ਐਸਟੀਐਫ ਨੇ ਇਸ ਮਾਮਲੇ 'ਚ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ 13 ਜੁਲਾਈ ਨੂੰ ਗੈਂਗ ਦੇ ਮੁੱਖ ਸਰਗੰਨਾ ਰਾਕੇਸ਼ ਉਰਫ ਕਾਲਾ ਖੈਰਮਪੁਰੀਆ ਨੂੰ ਥਾਈਲੈਂਡ ਤੋਂ ਭਾਰਤ ਲਿਆਂਦਾ ਸੀ। ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਕਈ ਜਾਣਕਾਰੀਆਂ ਸਾਹਮਣੇ ਆਈਆਂ ਨੇ। ਇਸ ਤੋਂ ਬਾਅਦ ਹਰਿਆਣਾ ਐਸਟੀਐਫ ਨੇ ਕਾਲਾ ਖੈਰਮਪੁਰੀਆ ਗੈਂਗ ਦੇ ਮੁੱਖ ਸਾਥੀ ਹਿਸਾਰ ਦੇ ਬਾਲਸਮੰਦ ਦੇ ਰਹਿਣ ਵਾਲੇ ਰੋਹਿਤ ਨੂੰ ਵੀ ਨਿਸ਼ਾਨਾ ਬਣਾਇਆ। ਦੱਸਿਆ ਜਾਂਦਾ ਹੈ ਕਿ ਉਸ ਘਟਨਾ ਤੋਂ ਬਾਅਦ ਉਹ ਹਿਸਾਰ ਛੱਡ ਕੇ ਥਾਈਲੈਂਡ ਭੱਜ ਗਿਆ ਸੀ ਅਤੇ ਕਾਲਾ ਕੋਲ ਰਹਿ ਰਿਹਾ ਸੀ। ਕਾਲਾ ਖੈਰਮਪੁਰੀਆ ਦੇ ਰਿਮਾਂਡ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਰੋਹਿਤ ਥਾਈਲੈਂਡ ਦੇ ਵਿੱਚ ਲੁਕਿਆ ਹੋਇਆ ਸੀ। ਕਾਲਾ ਤੋਂ ਹੀ ਪੁਲਿਸ ਨੂੰ ਪਤਾ ਲੱਗਿਆ ਕਿ ਰੋਹਿਤ ਥਾਈਲੈਂਡ ਦੇ ਵਿੱਚ ਬਣਿਆ ਹੋਇਆ, ਉੱਥੇ ਉਹ ਸਰਗਰਮ ਹੈ ਅਤੇ ਲਗਾਤਾਰ ਕਾਨੂੰਨੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਸੋ ਹਾਲਾਂਕਿ ਬਿਲਕੁਲ ਕਾਲਾ ਖੈਰਮਪੁਰੀਆ ਦੇ ਖਿਲਾਫ਼ ਵੀ ਪੁਲਿਸ ਚੁਕੰਨੀ ਹੋ ਗਈ ਹੈ। ਉੱਧਰ ਦੂਜੇ ਪਾਸੇ ਗੱਲ ਕਰਾਂਗੇ ਇੱਕ ਵੱਡੀ ਅਪਡੇਟ, ਜਿੱਥੇ ਫੋਨ 'ਤੇ ਇੱਕ ਜਿਮ ਟ੍ਰੇਨਰ ਨੂੰ ਫਿਰੌਤੀ ਲਈ ਧਮਕੀਆਂ ਦੇਣ ਦੇ ਦੋਸ਼ ਹੇਠ ਦੁਰਾਂਗਲਾ ਪੁਲਿਸ ਵੱਲੋਂ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੰਗਤ ਰਾਮ ਪੁੱਤਰ ਸ਼੍ਰੀ ਅਮਰਨਾਥ ਵਾਸੀ ਦਬੂੜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਹੈ ਕਿ ਉਹ ਪਿੰਡ ਦਬੂੜੀ ਦੇ ਵਿੱਚ ਆਪਣੀ ਹੀ ਜਿੰਮ ਚਲਾਉਂਦਾ ਹੈ। ਜਿੰਮ ਚਲਾਉਣ ਵਾਲੇ ਨੂੰ 10 ਲੱਖ ਦੀ ਫਿਰੌਤੀ ਦੀ ਧਮਕੀ ਮਿਲੀ ਹੈ ਅਤੇ ਹਾਲਾਂਕਿ ਫਿਰੌਤੀ ਨਾ ਦੇਣ 'ਤੇ ਉਸਨੂੰ ਜਾਨੋ ਮਾਰਨ ਦੀ ਗੱਲ ਵੀ ਕਹੀ ਗਈ ਹੈ। ਕਿਹਾ ਗਿਆ ਕਿ 10 ਲੱਖ ਦੀ ਫਿਰੌਤੀ ਦਿਓ ਅਤੇ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ। ਹਾਲਾਂਕਿ ਬਿਲਕੁਲ 10 ਲੱਖ ਜਿਹੜਾ ਸ਼ਰੇਆਮ ਖੁੱਲ੍ਹੇਆਮ ਮੰਗਿਆ ਗਿਆ, ਸੋ
ਕੀ ਇਹ ਜਿਹੜੇ ਲੋਕ ਨੇ ਕਦੋਂ ਕਾਬੂ ਆਉਣਗੇ, ਪ੍ਰਸ਼ਾਸਨ ਕਦੋਂ ਇਹਨਾਂ ਦੇ ਲਈ ਚੌਕਸ ਹੋਵੇਗਾ। ਇਹ ਬਿਲਕੁਲ ਵੀ ਜਿਹੜੇ ਨੇ ਭੈ ਨਹੀਂ ਖਾ ਰਹੇ ਨੇ। ਇਹ ਲੋਕ ਜਿਹੜੇ ਨੇ ਆਮ ਤੌਰ 'ਤੇ ਬਣੇ ਹੋਏ ਨੇ, ਇਹਨਾਂ ਲੋਕਾਂ ਦਾ ਜਿਹੜਾ ਡਰ ਹੈ ਉਹ ਬਿਲਕੁਲ ਬਣਿਆ ਹੋਇਆ। ਸੋ ਆਖਿਰਕਾਰ ਲੋਕ ਇਹਨਾਂ ਤੋਂ ਡਰਦੇ ਮਾਰੇ ਬਹੁਤ ਸਾਰੇ ਲੋਕ ਆਪਣੇ ਪੈਸੇ ਨੂੰ ਜਿਹੜਾ ਹੈ ਇਹਨਾਂ ਤੱਕ ਸਪੁਰਦ ਕਰ ਦਿੰਦੇ ਨੇ। ਸੋ ਇਹ ਲੋਕ ਜਿਹੜੇ ਨੇ ਹਲੇ ਵੀ ਨਹੀਂ ਸੁਧਰ ਰਹੇ ਨੇ। ਇਹਨਾਂ ਲੋਕਾਂ ਦਾ ਜਿਹੜਾ ਲਗਾਤਾਰ ਗੈਂਗ ਬਣਿਆ ਹੋਇਆ ਅਤੇ ਇਹ ਲੋਕ ਲਗਾਤਾਰ ਲੋਕਾਂ ਤੋਂ ਫਿਰੌਤੀਆਂ ਦੀ ਮੰਗ ਕਰਦੇ ਜਾ ਰਹੇ ਨੇ। ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ, ਤਦ ਤੱਕ ਲਈ ਧੰਨਵਾਦ।